ਕੰਸ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੇ ਇੱਕ ਵਾਰ ਫਿਰ ਹਾਜ਼ਰ ਆ ਜੀ ਲੈ ਕੇ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ ਕਿਉਂਕਿ ਤੁਹਾਡੇ ਲਗਾਤਾਰ ਸਾਡੇ ਕੋਲ ਸਵਾਲ ਆਉਂਦੇ ਨੇ ਤੇ ਸਾਨੂੰ ਵਾਕਈ ਚੰਗਾ ਲੱਗਦਾ ਸਾਨੂੰ ਲੱਗਦਾ ਸੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚਾਉਂਦੀ ਤੁਸੀਂ ਉਹ ਸਾਰੀ ਜਾਣਕਾਰੀ ਦਾ ਫਾਇਦਾ ਲੈ ਰਹੇ ਹੋ ਥੈਂਕ ਯੂ ਸੋ ਮਚ ਜਿਹੜੇ ਵੀ ਦਰਸ਼ਕ ਸਾਡੇ ਨਾਲ ਲਗਾਤਾਰ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਕਈ ਸਾਰੇ ਟੌਪਿਕਸ ਲਾਂਗੇ ਕੈਨੇਡਾ ਦੀ ਵੀ ਗੱਲ ਕਰਾਂਗੇ ਯੂ ਐਸ ਏ ਦੀ ਵੀ ਗੱਲ ਕਰਾਂਗੇ ਯੂ ਕੇ ਵਾਲਿਆਂ ਲਈ ਵੀ ਗੱ ਆਸਟ੍ਰੇਲੀਆ ਜੋ ਨਵੰਬਰ ਦੇ ਵਿੱਚ ਰੀਓਪਨ ਹੋ ਰਿਹਾ ਕਿਹੜੇ ਕਿਹੜੇ ਸਟੂਡੈਂਟਸ फटाफट ਜੋ ਹੈ ਮੌਕੇ ਤੇ ਹੁਣ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਨੇ ਸੋ ਇਹ ਸਾਰੀ ਚਰਚਾ ਕਰਾਂਗੇ ਤੁਸੀਂ ਫੋਨ ਕਾਲ ਕਰਕੇ ਵੀ ਇਸ ਸ਼ੋਅ ਦਾ ਹਿੱਸਾ ਬਣ ਸਕਦੇ ਹੋ ਕੋਈ ਸਵਾਲ ਹੈ ਤੁਹਾਡੇ ਜ਼ੈਨ ਵਿੱਚ ਤਾਂ ਤੁਸੀਂ ਸਵਾਲ ਕਰ ਸਕਦੇ ਹੋ ਜੋ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਸਕਰੀਨ ਤੇ ਤੇ ਅੱਜ ਦੀ ਡਿਸਕਸ਼ਨ ਦੇ ਲਈ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ ਨੈਵੀਗੇਟਰਸ ਓਵਰਸੀਜ਼ ਤੋਂ ਸਟੱਡੀ ਵੀਜ਼ਾ ਐਕਸਪਰਟ ਵੀਨਾ ਗੋਇਲ ਮੈਮ ਸਤਿ ਸ਼੍ਰੀ ਅਕਾਲ ਮੈਮ ਬਹੁਤ ਬਹੁਤ ਸਵਾਗਤ ਹੈ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਟੋਤਾ ਮੈਮ ਜੀ ਮੈਮ ਸਭ ਤੋਂ ਪਹਿਲਾਂ ਕੈਨੇਡਾ ਬਾਰੇ ਹੀ ਗੱਲ ਕਰਨਾ ਚਾਹਾਂਗੀ ਕਿ ਸਭ ਤੋਂ ਪਹਿਲਾਂ ਜੋ ਸਟੂਡੈਂਟ ਦੀ ਪਹਿਲੀ ਚੁਆਇਸ ਹੁੰਦੀ ਹੈ ਚਾਹੇ ਕੋਈ ਵੀ ਪ੍ਰੋਫਾਈਲ ਹੋਵੇ ਉਹਨਾਂ ਨੂੰ ਹੁੰਦਾ ਹੈ ਬਸ ਕਿਸੇ ਤਰੀਕੇ ਨਾਲ ਅਸੀਂ ਕੈਨੇਡਾ ਹੀ ਪਹੁੰਚ ਜਾਈਏ ਜਨਵਰੀ ਇਨਟੇਕ ਵਿੱਚ ਕੀ ਹਲੇ ਗੁੰਜਾਇਸ਼ ਹੈ ਸਟੂਡੈਂਟਸ ਅਪਲਾਈ ਕਰਨ ਤੇ ਮਿਲ ਜਾਏਗੀ ਕਿ ਸੀਟਾਂ ਸਿਰਫ ਮਈ ਇਨਟੇਕ ਹਰਜੋਤ ਇਸ ਟਾਈਮ ਜਨਵਰੀ ਇਨਟੇਕ ਇਸ ਨੈਕਸਟ ਟੂ ਇੰਪੋਸੀਬਲ ਕਾਫੀ ਸਾਰੇ ਪਿਛਲਾ ਸ਼ੋ ਜੜਦਾਪਾ ਕੀਤਾ ਸੀਗਾ ਉਸ ਟਾਈਮ ਸੀਟ ਓਪਨ ਸੀਗੀਆਂ ਜੀ ਜੀ ਠੀਕ ਹੈ ਹੁਣ ਇਸ ਟਾਈਮ ਸਾਰੇ ਕਾਲਜੇਸ ਦੇ ਆਲਮੋਸਟ ਖਤਮ ਹੈ ਓਕੇ ਨਾ ਫਿਰ ਵੀ ਇੱਕ ਅੱਦੇ ਕਾਲਜ ਦੀ ਕੋਈ ਬੜੀ ਮੁਸ਼ਕਲ ਨਾਲ ਨਿਕਲੇਗੀ ਉਹ ਫਿਰ ਜਦ ਸਟੂਡੈਂਟ ਆਂਦਾ ਹੈ ਉਹਦਾ ਪ੍ਰੋਫਾਈਲ ਕਿਉਂਕਿ ਕੋਰਸ ਕਿਹੜਾ ਲੈਣਾ ਉਹ ਵੀ ਬੜਾ ਮੈਟਰ ਕਰਦਾ ਹੈ ਜੇ ਉਹਦੇ ਨਾਲ ਮੈਚਿੰਗ ਕੋਈ ਮਿਲ ਜਾਂਦੀ ਹੈ ਸੀਟ ਵੇਕੈਂਟ ਤੇ ਅਸੀਂ ਕਰ ਸਕਦੇ ਹਾਂ ਬਸ ਇਹ ਪ੍ਰੋਬਲਮ ਆਏਗੀ ਕਿ ਹੁਣ ਅਕਤੂਬਰ ਆਲਮੋਸਟ ਖਤਮ ਖਤਮ ਹੋਣ ਵਾਲਾ ਹੈ ਅਪਲਾਈ ਕੀਤਾ ਫੀਰ ਉਹ ਦਾ ਆਫਰ ਲੈਟਰ ਆਉਂਦਾ ਆਫਰ ਲੈਟਰ ਨੂੰ ਵੀ 15 20 ਦਿਨ 25 ਦਿਨ ਕਈ ਵਾਰੀ ਲੱਗ ਜਾਂਦੇ ਆ ਫਿਰ ਉਹਨੇ ਫੀਸ ਭਰਨੀ ਆ ਜੀਆਈਸੀ ਕਰਾਉਣਾ ਹੈ ਹੈਨਾ ਤੇ ਉਸ ਟਾਈਮ ਜਨਵਰੀ ਦੇ ਵਾਸਤੇ ਇਸ ਟਾਈਮ ਬੜੀ ਟਾਈਟ ਜੀ ਸਿਚੁਏਸ਼ਨ ਐ ਅਪਲਾਈ ਕਰਨ ਦੀ ਤੇ ਹੁਣ ਮਈ ਦੇ ਵਾਸਤੇ ਪ੍ਰੇਫਰ ਕਰਨ ਸਟੂਡੈਂਟਸ ਮੈਗੋਂਗੇ ਉਹ ਜ਼ਿਆਦਾ ਸਮਝਦਾਰੀ ਐ ਬਾਕੀ ਕੁਝ ਯੂਨੀਵਰਸਿਟੀਆਂ ਦਾ ਮਤਲਬ ਪ੍ਰੋਪਰ ਯੂਨੀਵਰਸਿਟੀਆਂ ਹੈ ਉਹਨਾਂ ਦਾ ਮਾਰਚ ਇਨਟੇਕ ਵੀ ਐ ਓਕੇ ਤੇ ਉਹ ਫਿਰ ਬੱਚੇ ਦਾ ਗੈਪ ਨਹੀਂ ਪਏਗਾ ਸਟੂਡੈਂਟ ਦਾ ਜਿਹੜੇ ਮੈਨੇਜਮੈਂਟ ਵਾਲੇ ਆ ਕਾਮਰਸ ਵਾਲੇ ਆ ਉਹਨਾਂ ਨੂੰ ਇਹ ਅੱਛੇ ਪ੍ਰੋਗਰਾਮ ਮਿਲ ਸਕਦੇ ਆ ਮਾਰਚ ਵਾਸਤੇ ਮਤਲਬ ਆਪੇ ਐਵੇਂ ਕੋਈ ਸਿਲੈਕਟਿਵ ਜਿਹੜੇ ਸਟੂਡੈਂਟਸ ਨੇ ਆ ਕੋਰਸੇਸ ਆ ਉਹਨਾਂ ਲਈ ਹੀ ਇਹਦੇ ਵਿੱਚ ਅਪਲਾਈ ਕਰ ਸਕਦੇ ਆ ਮਾਰਚ ਵਾਸਤੇ ਉਹ ਕਰ ਸਕਦੇ ਆ ਔਰ ਬਲਕਿ ਇੱਕ ਚ 5.5 ਹੈ ਉਹਨਾਂ ਦਾ ਉਹ ਟਾਈਮ ਲਾਸ ਵੀ ਨਹੀਂ ਹੁੰਦਾ ਉਹ ਈਏਪ ਕੋਰਸ ਇੰਗਲਿਸ਼ ਦਾ ਕੋਰਸ ਐਡੀਸ਼ਨਲ ਦੇ ਦਿੰਦੇ ਆ ਓਕੇ 4-5000 ਡਾਲਰ ਦਾ ਤੇ ਉਹਦੇ ਵਿੱਚ ਫਾਇਦਾ ਇਹ ਹੈ ਕਿ ਸਮਝੋ ਇਹਨਾਂ ਨੇ ਆਫਰ ਲੈਟਰ ਲੈ ਲਈ ਕੈਨੇਡਾ ਜਾਣ ਵਾਸਤੇ ਔਰ ਫਾਊਂਡੇਸ਼ਨ ਲੱਗ ਗਿਆ ਜਾਂ ਕੋਈ ਛੋਟਾ ਜਿਹਾ ਕੋਰਸ ਲੱਗ ਗਿਆ ਬਿਕਾਉਜ਼ ਇੱਕ ਚ 5.5 ਹੈ ਤੇ ਜਦ ਤੱਕ ਇਹਨਾਂ ਦਾ ਆਫਰ ਲੈਟਰ ਆ ਰਿਹਾ ਜ ਉਸ ਟਾਈਮ ਤੱਕ ਇਹ ਰਿਪੀਟ ਵੀ ਕਰਨਾ ਚਾਹਣ ਜੀ ਆਈਐਸ ਤੇ ਉਹ ਰਿਪੀਟ ਵੀ ਕਰ ਸਕਦੇ ਆ ਤੇ ਉਨਾਂ ਕ ਟਾਈਮ ਆਪਣਾ ਜਿਹੜਾ ਅਫਰ ਲੈਟਰ ਮੰਗਵਾਉਂਦਾ ਔਰ ਇਹ ਸਾਰਾ ਟਾਈਮ ਪ੍ਰੋਸੈਸ ਸੀ ਜਦ ਤੱਕ ਉਹ ਚੱਲ ਰਿਹਾ ਨਾਲ ਦਿਨਾਂ ਲੋ ਕਰ ਸਕਦਾ ਉਹ ਟਾਈਮ ਸੇਵਿੰਗ ਹੋ ਜਾਂਦੀ ਮੰਨ ਲਓ ਬਾਈਜਾਨ 6 ਬੈਂਡ ਇਹ ਚ ਆ ਗਏ ਉਹ ਥੋੜਾ ਹੋਰ ਫੇਵਰੇਬਲ ਹੋ ਜਾਂਦਾ ਅਦਰਵਾਈਜ਼ ਇਹ ਯੂਨੀਵਰਸਿਟੀ ਪ੍ਰੋਗਰਾਮਸ ਹੈ ਇਹਨਾਂ ਦੇ ਵਿੱਚ ਵੀਜ਼ਾ ਚਾਂਸਸ ਕਾਫੀ ਹਾਈ ਰਹਿੰਦੇ ਆ ਜੀ 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 ਬਿਲਕੁਲ ਸੋ ਜੇਕਰ ਤੁਹਾਡਾ ਵੀ ਜਨਵਰੀ ਟੇਕ ਵਿੱਚ ਹਲੇ ਨਹੀਂ ਬਣ ਪਾਇਆ ਤਾਂ ਕੀ ਤੁਸੀਂ ਮਾਰਚ ਇਨਟੇਕ ਵਿੱਚ ਤੁਹਾਡਾ ਕੋਰਸ ਵਿੱਚ ਤੁਹਾਨੂੰ ਐਡਮਿਸ਼ਨ ਮਿਲ ਸਕਦੀ ਹੈ ਇਸ ਬਾਰੇ ਤੁਸੀਂ ਜ਼ਰੂਰ ਜਾਣ ਸਕਦੇ ਹੋ ਜੋ ਸਕਰੀਨ ਤੇ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਹੈ ਕਿਉਂਕਿ ਜਿਹੜਾ ਆਪਾਂ ਕਹਿ ਰਹੇ ਸੀ ਕਿ ਜਨਵਰੀ ਚ ਬੱਚੇ ਸਟੂਡੈਂਟ ਨੂੰ ਹੁਣ ਟਾਈਟ ਹੈ ਤੇ ਮਾਰਚ ਵਿੱਚ ਅਸੀਂ ਪ੍ਰੈਫਰ ਕਰਾਂਗੇ ਹੈਵੀ ਯੂਨੀਵਰਸਿਟੀ ਪ੍ਰੋਗਰਾਮਸ ਹੈ ਜੀ ਜੀ ਉਹਦੇ ਬਾਅਦ ਜਿਹੜਾ ਹੈ ਮੇਨ ਟੇਕ ਹੈ ਮੇ ਦੇ ਵੀ ਹਰਜੋਤ ਕਾਫੀ ਸਾਰੇ ਪ੍ਰੋਗਰਾਮਸ ਓਕੇ ਕਿਉਂਕਿ ਬਹੁਤ ਐਡਵਾਂਸ ਚੱਲ ਰਿਹਾ ਹੈ ਕੈਨੇਡਾ ਇਸ ਟਾਈਮ ਆਸਟ੍ਰੇਲੀਆ ਨਿਊਜ਼ੀਲੈਂਡ ਜਿਹੜੇ ਘੱਟ ਮਤਲਬ ਬਾਰਡਰ ਖੁੱਲ ਨਹੀਂ ਖੁੱਲਣ ਕਰਕੇ ਸਟੂਡੈਂਟਸ ਨੇ ਜਿਹੜਾ ਥੋੜਾ ਜਿਹੜਾ ਨੇ ਆਸਟ੍ਰੇਲੀਆ ਕਰ ਰਹੇ ਉਹ ਤਾਂ ਕਰ ਹੀ ਰਹੇ ਆ ਫਿਰ ਵੀ ਕਾਫੀ ਸਟੂਡੈਂਟ ਅਦਰ ਨੂੰ US ਜਾਂ ਕੈਨੇਡਾ ਨੂੰ ਮੋਲਡ ਹੋ ਗਿਆ ਤੋ ਪ੍ਰੈਸ਼ਰ ਈਵਨ US ਯੂਨੀਵਰਸਿਟੀਆਂ ਦਾ ਵੀ ਅੰਨਾ ਜ਼ਿਆਦਾ ਪ੍ਰੈਸ਼ਰ ਪਿਆ ਹੋਇਆ ਹੈ ਜਿਹੜਾ H20 ਸਾਨੂੰ 1 ਮਹੀਨੇ ਚ ਮਿਲਦਾ ਸੀਗਾ ਉਹ ਕਈ ਵਾਰੀ ਹੁਣ 2-2 ਮਹੀਨੇ ਜਿਹੜੀ ਆਪਣੀ ਚੋਇਸ ਦੀ ਯੂਨੀਵਰਸਿਟੀਆਂ ਜਿਹੜੀ ਥੋੜੀ ਲੋ ਐਂਡ ਯੂਨੀਵਰਸਿਟੀਆਂ ਉਹਨਾਂ ਦਾ ਤੇ ਮਿਲ ਰਿਹਾ ਪਰ ਜਿਹੜੀ ਆਪਣੀ ਚੋਇਸ ਦੀ ਗਵਰਨਮੈਂਟ ਯੂਨੀਵਰਸਿਟੀਆਂ ਹੈ ਅੱਛੀ ਰੈਂਕਿੰਗ ਯੂਨੀਵਰਸਿਟੀਆਂ ਹੈ ਉਹਨਾਂ ਤੇ ਪ੍ਰੈਸ਼ਰ ਇਸ ਟਾਈਮ ਬਹੁਤ ਜ਼ਿਆਦਾ ਹੈ ਕਿਉ कोविड ਦੇ ਬਾਅਦ ਬਿਲਕੁਲ ਬਿਲਕੁਲ ਸਹੀ ਕਹਿਿਆ ਤੁਸੀਂ ਕਿਉਂਕਿ ਜਦੋਂ ਤੋਂ ਹੁਣ ਕੋਵਿਡ ਦਾ ਸਾਰਾ ਖਤਮ ਹੋਇਆ ਹੌਲੀ ਹੌਲੀ ਨਾਰਮਲ ਹੋਈ ਹੈ ਲਾਈਫ ਤੇ ਜੋ ਹਰ ਕੰਟਰੀ ਨੇ ਸਟੂਡੈਂਟਸ ਨੂੰ ਵੈਲਕਮ ਕਰ ਦਿੱਤਾ ਤੇ ਉਸ ਤੋਂ ਬਾਅਦ ਸਟੂਡੈਂਟਸ ਆ ਇੱਕ ਵਾਰ ਫਿਰ ਤੋਂ ਰੁਝਾਨ ਜੋ ਕੈਨੇਡਾ ਨੂੰ ਸਭ ਤੋਂ ਪਹਿਲਾਂ ਤਾਂ ਹੁੰਦਾ ਹੀ ਹੈ ਉਸ ਤੋਂ ਬਾਅਦ ਨਾਲ ਦੀ ਨਾਲ ਆਸਟ੍ਰੇਲੀਆ ਦੀ ਗੱਲ ਕਰ ਲਈਏ ਯੂਐਸਏ ਦੀ ਗੱਲ ਕਰ ਲਈਏ ਯੂਕੇ ਦੀ ਸੋ ਸਟੂਡੈਂਟ ਪੂਰਾ ਫੋਕਸ ਹੋ ਗਿਆ ਹੈ ਕਿ ਐਸੀ ਹੁਣ ਆਪਣਾ ਜੋ ਹੈ ਫਿਊਚਰ ਦੀ ਆਪਾਂ ਪਲੈਨਿੰਗ ਕਰੀਏ ਤੇ ਜਿੱਥੇ ਜਾਣਾ ਚਾਹੁੰਦੇ ਉੱਥੇ ਚਲੀਏ ਯੂਐਸਏ ਦੀ ਵੀ ਮੈਮ ਗੱਲ ਕਰ ਲਈਏ ਤਾਂ ਹੁਣ ਆ ਕਈ ਵਾਰ ਪੁੱਛਿਆ ਕਿ ਇੰਟਰਵਿਊ ਲਈ ਸਟੂਡੈਂਟ ਕਿਵੇਂ ਤਿਆਰੀ ਕਰਨ ਪਰ ਇੱਥੇ ਪੁੱਛਣਾ ਚਾਹੁੰਗੇ ਹੁਣ ਕਿ ਕਿਹੜੇ ਸਟੂਡੈਂਟਸ ਕਿਉਂਕਿ ਜੈਨੂਇਨਲੀ ਟੇਕ ਦੀ ਅਗਰ ਗੱਲ ਕਰ ਲਈਏ ਤਾਂ ਇੱਥੇ ਤਾਂ ਜ਼ਿਆਦਾ ਪੁੱਛਣਾ ਜ਼ਰੂਰੀ ਹੈ ਕਿ ਕਿਹੜੇ ਸਟੂਡੈਂਟਸ ਨੂੰ ਤੁਸੀਂ ਹੁਣ ਕਹੋਗੇ ਕਿ ਜਿਨ੍ਹਾਂ ਦੀ ਕਿੰਨੀ ਤਿਆਰੀ ਪੂਰੀ ਹੈ ਉਹ ਹਲੇ ਅਪਲਾਈ ਕਰ ਲੈਣ ਤਾਂ ਮੌਕਾ ਉਹਨਾਂ ਦੇ ਹੱਥ ਵਿੱਚ ਹੀ ਹੈ US ਦੇ ਵਿੱਚ ਜਨਵਰੀ ਇੰਟੇਕ ਵੀ ਹੁਣ ਬਹੁਤ ਮੁਸ਼ਕਲ ਜਦੋਂ ਟਾਈਟ ਜੇ ਪੋਜੀਸ਼ਨ ਹੈ ਅਪਪਾਇੰਟਮੈਂਟ ਸਿਸਟਮ ਚੱਲਦਾ ਇੱਥੇ ਸਿਵਿਸ ਸਰਵਿਸ ਫੀਸ ਆਂਦੀ ਹੈ ਜੀ I20 ਆਂਦੀ ਹੈ ਪਰ ਜਿਹੜੇ ਵੀ ਸਟੂਡੈਂਟ ਜਾਣ ਦੇ ਚਾਹਵਾਨ ਹੈ ਉਹਨਾਂ ਹੋਰ ਜ਼ਿਆਦਾ ਵੇਟ ਨਾ ਕਰਨ ਕਈ ਸਟੂਡੈਂਟ ਸਟੂਡੈਂਟਸ ਡਰ ਜਾਂਦੇ ਇੰਟਰਵਿਊ ਤੋਂ ਇੰਟਰਵਿਊ ਬਿਲਕੁਲ ਹਲਕੀ ਹੁੰਦੀ ਹੈ ਕੋਈ ਅੰਨੀ ਉਹ ਨਹੀਂ ਹੁੰਦੀ ਹੈ ਸਟ੍ਰਿਕਟ ਨਹੀਂ ਹੁੰਦੀ ਹੈ ਜੇ ਤੁਹਾਡੇ ਵਿੱਚ 5-7 ਕੁਐਸਚਨਾਂ ਦਾ ਆਨਸਰ ਦੇਣ ਦਾ ਕੌਨਫੀਡੈਂਸ ਹੈ ਜੀ ਕੌਨਫੀਡੈਂਸ ਨਹੀਂ ਹੈ ਤੇ ਛੋੜ ਦਿਓ ਹਮ 6 ਬੈਂਡ ਕੀ ਚਾਇਲਡਸ ਲਾਓ ਕਿਉਂਕਿ ਕਈ ਵਾਰੀ ਨਾ ਬੱਚੇ ਦਾ ਕੀ ਹੁੰਦਾ ਕਿ ਕੌਨਫੀਡੈਂਸ ਘਟ ਹੁੰਦਾ ਹਮ ਹਮ ਬੋਲਣ ਦਾ ਆਇਲਸ ਕਰ ਲੈਂਦੇ ਆ ਉਹ ਕੈਨੇਡਾ ਆਸਟ੍ਰੇਲੀਆ ਅਪਲਾਈ ਕਰ ਲੈਣ ਯੂਕੇ ਅਪਲਾਈ ਕਰ ਲੈਣ ਬਟ ਜਿਹੜੇ ਇੰਟਰਵਿਊ ਤੋਂ ਨਹੀਂ ਡਰਦੇ ਹਮ ਉਹ 5 ਬੈਂਡ ਵਾਲਾ ਵੀ ਯੂਐਸ ਅਪਲਾਈ ਕਰ ਸਕਦਾ ਕਿਉਂਕਿ ਅਸ ਵੀ ਆਊਟ ਆਇਲਸ ਦੀ ਫੈਸਿਲਿਟੀ ਹੈ ਅਸਕਲ ਜਦ ਕਿ ਬਹੁਤ ਸਾਰੀ ਯੂਨੀਵਰਸਿਟੀ ਹੈ ਨਾ ਉਹਨ ਵਿਦਾਊਟ ਆਇਲਸ ਮਨਾ ਕਰਤਾ ਕਿਉਂਕਿ ਸਟੂਡੈਂਟ ਬਹੁਤ ਆ ਰਹੇ ਹੈ ਨਾ ਇੱਕ ਵਾਰੀ ਰੁਝਾਨ ਸ਼ੁਰੂ ਕਰਨ ਵਾਸਤੇ ਉਹਨਾਂ ਨੇ ਕਹਤਾ ਵਿਦਾਊਟ ਆਇਲਸ ਅਪਲਾਈ ਕਰ ਲੋ ਹਾਂ ਬਿਲਕੁਲ ਕਾਫੀ ਸਾਰੀ ਯੂਨੀਵਰਸਿਟੀਆਂ ਬਟ ਹਜੇ ਵੀ ਯੂਨੀਵਰਸਿਟੀਆਂ ਜਿਹੜੀ ਵਿਦਾਊਟ ਆਇਲਸ ਲੈ ਰਹੀਆਂ ਤੁਸੀਂ ਕਰ ਸਕਦੇ ਹੋ ਬਟ ਇਹ ਕਿ ਤੁਹਾਡਾ ਬਸ ਸਟੂਡੈਂਟ ਉਸੇ ਚੀਜ਼ ਤੋਂ ਡਰਦਾ ਕਿ ਮੇਰਾ ਇੰਟਰਵਿਊ ਹੋਏਗਾ ਸ਼ਾਇਦ ਮੈਂ ਕਲੀਅਰ ਨਹੀਂ ਕਰ ਸਕਾਂਗਾ ਇਹਦੇ ਵਿੱਚ ਇਸ ਟਾਈਮ ਬਹੁਤ ਫਲੈਕਸੀਬਲ ਹੈ ਇੰਟਰਵਿਊ ਬਹੁਤ ਹਲਕਾ ਹੁੰਦਾ ਹੈ ਔਰ ਵੀਜ਼ਾ ਨਾਲ ਦੇ ਨਾਲ ਦੇ ਰਿਹਾ ਜੀ 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 ਬਿਲਕੁਲ ਇਹ ਆਪਾਂ ਯੂਐਸਏ ਦਾ ਅਪਡੇਟ ਕਰ ਲਿਆ ਯੂਕੇ ਦਾ ਵੀ ਅਪਡੇਟ ਲੈ ਲਿਆ ਕਿ ਜਿਵੇਂ ਹੁਣ ਕਿਹਾ ਜਾ ਰਿਹਾ ਹੈ ਕਿ ਵਿਦਆਊਟ ਆਪਾਂ ਹੀ ਗੱਲ ਆਉਂਦੀ ਹੈ ਕਿ ਵਿਦਆਊਟ ਆਇਲਸ ਵਿਦਆਊਟ ਇੰਟਰਵਿਊ ਬਹੁਤ ਕਈ ਪ੍ਰਮੋਟ ਕਰਦੇ ਨੇ ਇਸ ਗੱਲ ਨੂੰ ਲੇਕਿਨ ਬਾਅਦ ਚ ਜਦੋਂ ਚੀਜ਼ ਸਟੂਡੈਂਟ ਕੋਲ ਸਾਹਮਣੇ ਆਉਂਦੀ ਹੈ ਕਿ 70% ਵਾਲਾ ਜਿਹੜਾ ਸਟੂਡੈਂਟ ਆ ਉਹੀ ਵਿਦਆਊਟ ਆਇਲਸ ਜੋ ਹੈ ਅਪਲਾਈ ਕਰ ਸਕਦਾ ਹਰਜੋਤ ਯੂਕੇ ਵਸਤੇ ਤੇ ਮੈਂ ਕਲੀਅਰ ਕਹੂੰਗਾ ਕਿ मैक्सिमम यूनिवर्सिटीज ਨੇ ਜਿਹੜੀ ਵਿਦਾਊਟ ਆਇਲਸ ਲੈ ਰਹੀ ਸੀ ਪੰਜਾਬ ਤੇ ਹਰਿਆਣਾ ਸਪੈਸ਼ਲੀ ਹਾਂਜੀ ਇੱਥੋਂ ਇਹਨਾਂ ਨੇ ਮਨਾ ਕਰਤਾ ਵਿਦਾਊਟ ਆਇਲਸ ਜੀ ਜੀ ਕਾਫੀ ਸਾਰੀਆਂ ਯੂਨੀਵਰਸਿਟੀਆਂ ਕਹਿੰਦੀ ਸੀਬੀਐਸਸੀ ਤੋਂ ਸਟੂਡੈਂਟ ਪਾਸ ਆਊਟ 70% ਤੋਂ ਹੋਇਆ ਤੇ ਅਸੀਂ ਲੈ ਲਾਂਗੇ ਗੈਪ ਜ਼ਿਆਦਾ ਨਾ ਹੋਵੇ 2 ਸਾਲ ਦਾ ਗੈਪ ਐਕਸੈਪਟ ਕਰ ਲੈਂਦੇ ਆ ਹਾਂਜੀ ਬਟ 70% ਹੋਣਾ ਚਾਹੀਦਾ ਹੈ ਠੀਕ ਹੈ ਫਿਰ ਕਈ ਵਾਰੀ ਉਹ ਇੰਟਰਵਿਊ ਵੀ ਲੈ ਲੈਂਦੇ ਆ ਤੇ ਇਹ ਥੋੜਾ ਸਟੂਡੈਂਟ ਨੂੰ ਪ੍ਰੀਪੇਅਰ ਰਹਿਣਾ ਪਏਗਾ ਯੂਕੇ ਵਾਸਤੇ ਯੂਕੇ ਬਹੁਤ ਸਟੂਡੈਂਟ ਜਾ ਰਿਹਾ ਹੈ ਰੀਜ਼ਨ ਬੀਇੰਗ ਜਿਹੜੀ ਮਾਸਟਰਸ ਪ੍ਰੋਗਰਾਮ ਹੈ ਯੂਕੇ ਦੀ ਉਹ ਖਾਲੀ 1 ਇਅਰ ਦੀ ਆ 1 ਇਅਰ ਮਤਲਬ 4-4 ਮਾਸ ਦੇ ਦੋ ਹੀ ਸੈਮਿਸਟਰ ਪੜ੍ਹਨੇ ਆ ਜੇ ਉਹ ਬਾਕੀ ਹਾਲ ਓਵਰਵਰਲ ਜਾਂਦਾ ਤਾਂ ਮਾਸਟਰ ਪ੍ਰੋਗਰਾਮ ਕਰਦਾ ਹੈ ਆਸਟ੍ਰੇਲੀਆ ਜਾਂ ਯੂਐਸਏ ਮਤਲਬ ਜੇ ਮਾਸਟਰ ਇਵਨ ਜੇ ਕੈਨੇਡਾ ਵੀ ਜਾਏਗਾ ਸਟੂਡੈਂਟ ਔਰ ਯੂਨੀਵਰਸਿਟੀ 'ਚ ਜਾਏਗਾ ਤਾਂ 2 ਇਅਰਸ ਦਾ ਹੁੰਦਾ ਇੱਥੇ ਯੂਕੇ ਦੇ ਵਿੱਚ ਉਹੀ ਪ੍ਰੋਗਰਾਮ proper MBA MS ਜੋ ਵੀ ਪ੍ਰੋਗਰਾਮ ਹੈ ਉਹ ਖਾਲੀ 8 ਮਨਸ ਬੱਚੇ ਨੇ ਪੜ੍ਹਨਾ ਹੈ ਉਹ 2 ਇਅਰਸ ਦਾ ਪੋਸਟ ਸਟਡੀ ਵਰਕ ਪਰਮਿਟ ਹੈ ਇਹ ਉਹਨਾਂ ਨੂੰ ਪਲੱਸ ਪੁਆਇੰਟ ਹੈ ਇਸ ਕਰਕੇ ਯੂਕੇ ਦਾ ਰੁਝਾਨ ਇਸ ਟਾਈਮ ਜ਼ਿਆਦਾ ਸਟੂਡੈਂਟਸ ਆ ਫਿਰ ਇਹ ਵੀ ਹੁੰਦਾ ਕਿ ਮੇਰਾ ਫਰੈਂਡ ਚਲਾ ਗਿਆ ਹੁਣ ਮੈਂ ਵੀ ਲੁੱਕ ਕੇ ਜਾਂਦਾ ਇਹ ਥੋੜਾ ਇੱਕ ਸਰਕਲ ਜਿਹਾ ਸਟੂਡੈਂਟਸ ਦਾ ਬਣ ਜਾਂਦਾ ਇਸ ਕਰਕੇ ਵੀ ਉਹ ਕਿਉਂਕਿ ਜਿਆਦਾ ਸਟੂਡੈਂਟ ਜਾ ਰਿਹਾ ਤਾਂ ਯੂਨੀਵਰਸਿਟੀਆਂ ਦੇ ਵੀ ਥੋੜੇ ਨਖਰੇਵਾਦ ਗਏ ਤੇ ਉਹ ਆਪਣੀ ਚੁਆਇਸ ਦੇ ਹਿਸਾਬ ਨਾਲ ਲੈਂਦੇ ਆ ਬਾਕੀ ਯੂਕੇ ਦੇ ਵਿੱਚ ਇਹ ਵੀ ਪਲੱਸ ਪੁਆਇੰਟ ਹੈ ਕਿ 5.5 ਈਚ ਚਾਰਾਂ ਵਿੱਚ ਹੋਏ ਔਰ ਜੇ 5.5 ਈਚ ਨਹੀਂ ਆ ਰਿਹਾ ਤੁਹਾਡਾ ਇੱਕ ਚ ਪੰਜ ਆ ਰਿਹਾ ਦੋ ਚ ਪੰਜ ਆ ਰਿਹਾ 4.5 ਆ ਰਿਹਾ ਤੁਸੀਂ ਯੂਕੇ ਵੀ ਹੈ ਇਆਇਲਡਸ ਤੇ ਲੋਸੀਮਾ ਇਲਸ ਉਹ ਐਕਸੈਪਟ ਹੋ ਜਾਂਦੀ ਹੈ इवन ਇੱਥੇ 4.5 ਵੀ ਹੋਣਗੇ ਤਾਂ ਵੀ ਐਕਸੈਪਟ ਹੋ ਜਾਈਏ ਓਕੇ ਜੀ ਮੈਨੂੰ ਪੂਰੀ ਉਮੀਦ ਹੈ ਕਿ ਜਿਨੇ ਵੀ ਦਰਸ਼ਕ ਖਾਸ ਕਰਕੇ ਜਿਨੇ ਸਟੂਡੈਂਟ ਸਾਡੇ ਨਾਲ ਜੁੜਦੇ ਨੇ ਤੇ ਬਹੁਤ ਸਵਾਲ ਆਉਂਦੇ ਨੇ ਕਿ ਸਾਰੇ ਅਪਡੇਟਸ ਸਾਨੂੰ ਰੈਗੂਲਰਲੀ ਮਿਲਦੇ ਰਹਿਣ ਸੋ ਇਸੇ ਕਰਕੇ ਅਸੀਂ ਲਾਈਨ ਵਾਈ ਸਾਰੀ ਕੰਟਰੀਜ਼ ਹੈ ਜਿੱਥੇ ਤੁਸੀਂ ਅਪਲਾਈ ਕਰਨ ਦੀ ਸੋਚ ਉਹਨਾਂ ਦੇ ਅਪਡੇਟਸ ਦੇ ਰਹੇ ਹਾਂ ਆਸਟ੍ਰੇਲੀਆ ਦੀ ਵੀ ਗੱਲ ਕਰ ਲੈਂਦੇ ਆ ਨਵੰਬਰ ਵਿੱਚ ਆਸਟ੍ਰੇਲੀਆ ਰੀਓਪਨ ਹੋ ਰਿਹਾ ਹੈ ਸਟੂਡੈਂਟਸ ਆ ਰੋਜਾਂ ਇੱਕਦਮ ਫਿਰ ਤੋਂ ਜੋ ਹੈ ਆਸਟ੍ਰੇਲੀਆ ਨ ਆਸਟ੍ਰੇਲੀਆ ਵੱਲ ਦੁਬਾਰਾ ਸ਼ੁਰੂ ਹੋਇਆ ਹੈ ਹਰਜੋਤ ਆਸਟ੍ਰੇਲੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਸਕਾਟ ਮਾਰੀਸਨ ਉਹਨਾਂ ਦਾ ਆਪ ਦਾ ਬਿਆਨ ਆ ਚੁੱਕਿਆ ਹੈ ਕਿ ਅਸੀਂ ਓਪਨ ਕਰ ਰਹੇ ਹਾਂ ਇੰਟਰਨੈਸ਼ਨਲ ਬਾਰਡਰਸ ਜੀ ਨਵੰਬਰ ਦੇ ਵਿੱਚ ਜੀ ਅ ਇੱਕ ਅਪਡੇਟ ਆਈ ਹੈ ਪਹਿਲੇ ਮੈਂ ਤੁਹਾਨੂੰ ਉਹ ਦੇਣਾ ਚਾਹੂੰਗੀ ਜੀ ਕਿ ਪੇਰੈਂਟਸ ਦੇ ਵਾਸਤੇ ਆਸਟ੍ਰੇਲੀਆ ਇਮੀਡੀਏਟ ਫੈਮਿਲੀ ਮੈਂਬਰ ਵਾਸਤੇ ਉਹਨਾਂ ਨੇ ਖੋਲਤਾ ਹੈ ਓਕੇ ਹੈਨਾ ਤੇ ਇਮੀਡੀਏਟ ਫੈਮਿਲੀ ਮੈਂਬਰ ਜਿੱਦਾਂ ਪੇਰੈਂਟਸ ਹੋ ਗਏ ਬ੍ਰਦਰ ਸਿਸਟਰ ਜਿੱਦਾਂ ਉਹ ਜਾ ਸਕਦਾ ਹੈ ਜੀ ਮੇਰੇ ਖਿਆਲ ਕੋਲ ਲੈ ਲੇ ਜੀ 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 ਬਿਲਕੁਲ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਕੋਰਪਰੇਟ ਗੱਲ ਕਰ ਰਹੀ ਹਾਂ ਮੈਮ ਬਰਨਾਲੇ ਤੋਂ ਹਾਂ ਜੀ ਕੀ ਸਵਾਲ ਹੈ ਜੀ ਮੈਮ ਮੈਂ 2020 ਦੀ ਪਾਸ ਆਊਟ ਹਾਂ ਜੀ ਨਾਨ ਮੈਡੀਕਲ ਸਟ੍ਰੀਮ ਸੀ ਮੇਰੀ ਐਂ 60% ਮੈਂ ਆਪਣੇ ਸਕੋਰ ਲੈ ਲਏ ਸੀ ਐਂਡ ਓਵਰ ਆਲ ਮੈਮ 6th ਤੇ ਮੇਰਾ ਆਜ ਦਾ ਸਕੋਰ ਹੈ 5.5 ਇਨ 1 ਮੈਡੀਕਲ ਸੋ ਮੈਮ ਕੈਨੇਡਾ ਦੀ ਐਲੀਜੀਬਿਲਟੀ ਹੈ ਮੇਰੀ ਜੀ ਹਾਂਜੀ ਮੈਮ ਕੀ ਨਾਮ ਹੈ ਨਾ ਹਰਪ੍ਰੀਤ ਹਰਪ੍ਰੀਤ ਹਾਂਜੀ ਆਪਣਾ ਨਾਲਾ ਤੋਂ ਠੀਕ ਹੈ ਇਹਨਾਂ ਦਾ 6 ਬੈਂਡ ਓਵਰ ਆਲ ਹੈ 1 ਚ 5.5 ਹੈ ਤੇ ਇਹ ਅਪਲਾਈ ਕਰ ਸਕਦੇ ਆ ਕਿਉਂਕਿ 2 ਚ 5.5 ਰਿਸਕੀ ਹੁੰਦੇ 1 ਚ 5.5 ਜਿਹੜਾ ਕਾਫੀ ਪੋਜ਼ਿਟਿਵ ਹੈ ਮਤਲਬ ਇਹ ਹੈ ਕਿ 70 80% ਤੁਹਾਡੇ ਚਾਂਸਸ ਹੁੰਦੇ ਆ ਤੁਸੀਂ ਅਪਲਾਈ ਕਰ ਸਕਦੇ ਹੋ ਬਟ ਖਾਲੀ ਹਾਈਲਸ ਨਾ ਦੇਖੋ ਬਿਲਕੁਲ ਬਿਲਕੁਲ ਹਾਈਲਸ ਦੇ ਨਾਲ ਅਕੈਡੈਮਿਕ ਸਕੋਰ ਜੇ ਅੱਛਾ ਅਕੈਡੈਮਿਕ ਤੁਹਾਡਾ 50% ਹੈ ਨੇਚੁਰਲੀ ਰਿਸਕੀ ਆ ਜਾ 60 65% 70 ਵਾਲਾ ਅਕੈਡੈਮਿਕ ਪ੍ਰੋਫਾਈਲ ਅੱਛਾ ਹੈ 60% ਤੋਂ ਉੱਪਰ ਹੈ ਗੈਪ ਤੁਹਾਡਾ ਨਹੀਂ ਹੈ ਇਹ ਸਾਰੇ ਫੈਕਟਰਸ ਹੈ ਸਬਜੈਕਟਸ ਤੁਹਾਡੇ ਅੱਛੇ ਆ ਕੋਰ ਜਿਹੜਾ ਉੱਥੇ ਲੈਣ ਜਾ ਰਹੇ ਹੋ ਬਹੁਤ ਅੱਛਾ ਹੈ ਫਿਰ ਇਹ ਫੇਵਰੇਬਲ ਹੁੰਦਾ ਹੈ ਲੇਕਿਨ ਜੇ ਤੁਹਾਡਾ ਇੱਕ ਚ 5.5 ਹੈ ਗੈਪ ਬਹੁਤ ਜ਼ਿਆਦਾ ਹੈ ਅਕੈਡੈਮਿਕ ਪ੍ਰੋਫਾਈਲ ਵੀਕ ਹੈ ਫਿਰ ਤੁਹਾਡਾ ਉਹ ਜਿਹੜਾ 네ਗੇਟਿਵ ਹੋਏ ਜੀ 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 ਅਗਲੇ ਕਾਲਰ ਵੀ ਲੈਣ ਤੇ ਨੇ ਹੈਲੋ ਹੈਲੋ ਨਮ ਸਸਰੀਕਾਲ ਸਸਰੀਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਮੈਂ ਗੁਰਜੀਤ कौर ਗੱਲ ਕਰ ਰਹੀ ਹਾਂ ਲੁਧਿਆਣਾ ਤੋਂ ਹਾਂਜੀ ਗੁਰਜੀਤ ਜੀ ਕੀ ਸਵਾਲ ਹੈ ਹਾਂਜੀ ਮੈਂ ਮੈਂ ਐਮਸੀ ਕੀਤੀ ਹੈ 2016 ਦੇ ਵਿੱਚ ਸਮੇ ਵਿਦਆਊਟ ਐਲਿਜੀਬਲ ਹਾਂ ਯੂਐਸਏ ਦੇ ਲਈ ਔਰ ਮੇਰੇ 65% ਮੈਂ ਮਾਰਕਸ ਨੇ ਓਕੇ 65% ਵਿਦਆਊਟ ਆਈਐਲਸੀ ਯੂਐਸਏ ਹਾਂਜੀ ਦੇਖੋ ਇਹ ਹੈ ਕਿ ਜਸ ਨਾਲ ਦੀ ਸਪੀਕਿੰਗ ਅੱਛੀ ਹੈ ਕੌਨਫੀਡੈਂਸ ਬਹੁਤ ਅੱਛਾ ਹੈ ਤੇ ਅਪਲਾਈ ਕਰ ਸਕਦੇ ਆ ਕਿਉਂਕਿ ਜਿਹੜੀ ਗਵਰਨਮੈਂਟ ਯੂਨੀਵਰਸਿਟੀ ਆ ਉਹ ਤੇ ਇੰਗਲਿਸ਼ ਆਇਲਸ ਟੈਸਟ ਮੰਗਦੀਆਂ ਜਿਹਦੇ ਵਿੱਚ ਤੁਸੀਂ ਡਿਊਲਿੰਗੋ ਦਾ ਟੈਸਟ ਵੀ ਦੇ ਸਕਦੇ ਹੋ ਬਟ देयर ਆਰ ਫਿਊ ਯੂਨੀਵਰਸਿਟੀਆਂ ਜਿਹੜਾ ਐਮਓਆਈ ਤੇ ਲੈ ਲੈਂਦੇ ਮੀਡੀਅਮ ਆਫ ਇਨਸਟ੍ਰਕਸ਼ਨ ਜੇ ਤੁਹਾਡਾ ਇੰਗਲਿਸ਼ ਹੈ ਬਟ ਇਹ ਤੁਹਾਨੂੰ ਥੋੜਾ ਪੇਸ਼ੈਂਸ ਰੱਖਣਾ ਪਏਗਾ ਕਿ ਥੋੜਾ ਜਿਹਾ ਟਾਈਮ ਟੇਕਿੰਗ process ਹੈ ਇਸ ਟਾਈਮ ਯੂਅਸ ਦਾ ਜਿੱਦਾਂ ਪਹਿਲੇ 4-4 ਦਿਨ ਚ ਆਇ 20 10-10 ਦਿਨ ਵੀ ਆ ਰਹੇ ਸੀਗੇ ਇਸ ਟਾਈਮ ਥੋੜਾ ਜਿਹਾ ਟਾਈਮ ਲਾ ਰਹੇ ਆ ਆਦਰਵਾਈਜ਼ ਇਹ ਅਪਲਾਈ ਕਰ ਸਕਦੇ ਜੇ ਨਾਲ ਦਾ ਕੌਨਫੀਡੈਂਸ ਲੈਵਲ ਉਹ ਇਹ ਨਹੀਂ ਕਿ ਤੁਸੀਂ 50 ਸਾਲ ਦੇ ਹੋ ਤੁਸੀਂ 40 ਸਾਲ ਦੇ ਹੋ ਤੁਸੀਂ ਆਇਲਸ ਕੀਤੀ ਹੈ ਨਹੀਂ ਕੀਤੀ ਹੈ ਜੇ ਤੁਸੀਂ ਉੱਥੇ ਕਾਊਂਟਰ ਤੇ ਜਾ ਕੇ ਤੁਹਾਡਾ ਕੌਨਫੀਡੈਂਸ ਲੈਵਲ ਠੀਕ ਹੈ ਦੋ ਚਾਰ ਜਿਹੜੇ ਕੁਐਸਚਨ ਪੁੱਛਦੇ ਉਹਨਾਂ ਦਾ ਜਵਾਬ ਦੇ ਸਕਦੇ ਹੋ ਵੀਜ਼ਾ ਆਲਮੋਸਟ ਸ਼ੋਰ ओके okay. ठीक है जी यूएस दे विच ए नहीं है कि तुसी आना अप्लाई नहीं कर सकदे है ਤੁਹਾਡਾ ਗੈਪ ਹੋ ਗਿਆ ਤੁਸੀਂ ওভার ਕੁਆਲੀਫਾਈਡ ਹੋ ਚਾਰ ਮਾਸਟਰਸ ਕੀਤੀ ਹੈ ਪੰਜਵੀਂ ਮਾਸਟਰ ਵਾਸਤੇ ਵੀ ਕਰ ਸਕਦੇ ਹੋ ਉੱਥੇ ਇਹ ਚੀਜ਼ਾਂ ਨਹੀਂ ਹੈ ਜਿਹੜੀ ਬਾਕੀ ਕੰਟਰੀਆਂ ਕਰਦੀਆਂ ਬਿਲਕੁਲ ਇੱਥੇ ਜਿਵੇਂ ਤੁਸੀਂ ਕਿਹਾ ਕਿ ਕੋਈ ਵੀ ਉਮਰ ਵਾਲਾ ਯਾਨੀ ਕਿੰਨਾ ਗੈਪ ਵਾਲੀ ਕੋਈ ਮਤਲਬ ਚੀਜ਼ ਨਹੀਂ ਹੈ ਕਿੰਨਾ ਗੈਪ ਅਲਾਉਡ ਹੈ ਐਦਾ ਨਹੀਂ ਹੁੰਦਾ ਹਰ ਜੋ ਕਿੰਨਾ ਗੈਪ ਅਲਾਉਡ ਹੈ ਕਿਉਂਕਿ ਗੈਪ ਦਾ ਮਤਲਬ ਬੱਚਾ ਕੰਮ ਕਰ ਰਿਹਾ ਕੋਈ ਵਰਕ ਐਕਸਪੀਰੀਅੰਸ ਹੈ ਇਵਨ 40 ਸਾਲ ਵਾਲਾ ਬੰਦਾ ਵੀ ਅਪਲਾਈ ਕਰ ਸਕਦਾ ਕਿਉਂਕਿ ਪੜਨ ਦੀ ਕੋਈ ਲਿਮਿਟ ਬਿਲਕੁਲ ਬਿਲਕੁਲ ਜੇ ਤੁਸੀਂ ਵੀਜ਼ਾ ਅਫੀਸਰ ਨੂੰ ਸੈਟੀਸਫਾਈ ਕਰ ਸਕਦੇ ਹੋ ਮਤਲਬ ਜਿਹੜੇ ਕੁਐਸਚਨ ਉਹ ਪੁੱਛ ਰਹੇ ਹੈ ਰਿਪਲਾਈ ਕਰ ਸਕਦੇ ਹੋ ਦੈਨ देयर इज नो ਲਿਮਿਟ ਆਫ ਏਸ ਬਾਰ ਜੀ 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 ਬਿਲਕੁਲ ਤੇ ਆਪਾਂ ਜਿਹੜਾ ਪੁਆਇੰਟ ਛੁੱਟ ਗਿਆ ਸੀ ਆਸਟ੍ਰੇਲੀਆ ਦੀ ਅਪਡੇਟ ਦੀ ਗੱਲ ਕਰ ਰਹੇ ਸੀ ਤੇ ਤੁਸੀਂ ਦੱਸ ਜੀ ਪੇਰੈਂਟਸ ਵਾਸਤੇ ਇਮੀਡੀਏਟ ਹੁਣ ਨਵੰਬਰ ਤੋਂ 1 ਨਵੰਬਰ ਤੋਂ ਉਹਨਾਂ ਨੇ ਜਿਹੜਾ ਉਹ ਕਰਤਾ ਓਪਨ ਕਰਤਾ ਇੰਟਰਨੈਸ਼ਨਲ ਬਾਰਡਰਸ ਦੇ ਕੈਨ ਵਿਜ਼ਿਟ ਕੇ ਯੂਸ ਕੇ ਬੱਚੇ ਉਧਰ ਆ ਪੇਰੈਂਟਸ ਅੱਧਰ ਆ ਜਾਂ ਪੇਰੈਂਟਸ ਉਧਰ ਆ ਬੱਚੇ ਅੱਧਰ ਆ ਤੇ ਇਹ ਸਾਰਾ ਇਮੀਡੀਏਟ ਫੈਮਿਲੀ ਵਾਸਤੇ ਉਹਨਾਂ ਨੇ ਓਪਨ ਕਰਤਾ ਹੈ ਜੀ ਸਟੂਡੈਂਟ ਵੀਜ਼ਾ ਵਾਸਤੇ ਵੀ ਹੁਣ ਕਿਉਂਕਿ ਇੰਟਰਨੈਸ਼ਨਲ ਬਾਰਡਰ ਸ਼ੁਰੂ ਕਰਤਾ ਹੈ ਬਸ ਇਹ ਹੀ ਹੋਏਗਾ ਫਰਸਟ ਜਿਹੜੀ ਪਾਇਲਟ ਪ੍ਰੋਜੈਕਟ ਹੋਏਗਾ ਕਿ ਜਿੱਦਾਂ ਕੁਝ ਕੰਟਰੀਜ਼ ਤੋਂ ਜਾਂ ਕੁਝ ਸਟੇਟਸ ਤੋਂ ਜਿੱਦਾਂ ਨਾ ਕੁਝ ਯੂਨੀਵਰਸਿਟੀਆਂ ਦੇ ਬੱਚੇ ਪਾਇਲਟ ਪ੍ਰੋਜੈਕਟ 'ਚ ਜਾਂਦੇ ਆ ਜੀ ਜੀ ਔਰ ਜੈਨ ਫੈਪ ਤੇ ਉਮੀਦ ਹੈ ਕਿ ਸਾਰਾ ਬੱਚਾ ਜਿਹੜਾ ਫਲਾਈ ਕਰੇਗਾ ਜਿਹੜਾ ਅਪਲਾਈ ਕਰ ਰਿਹਾ ਔਰ ਜਿਨ੍ਹਾਂ ਤੇ ਵੀਜ਼ੇ ਆ ਗਏ ਬੈਟ ਮੀਨਸ ਤੁਸੀਂ ਇਸ ਟਾਈਮ ਜਿਹੜਾ ਇਹ ਪ੍ਰੋਗਰਾਮ ਦੇਖ ਰਹੇ ਹੋ ਔਰ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਇਮੀਡੀਏਟ ਫਾਈਲ ਲਗਾ ਸਕਦੇ ਇੱਕ ਵਾਰੀ ਜਦ ਬਾਰਡਰ ਖੁੱਲ ਜਾਂਦਾ ਫਿਰ ਇੰਨਾ ਰਸ਼ ਪੈਂਦਾ ਇਸ ਟਾਈਮ ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਚੱਲ ਰਿਹਾ ਹੈ ਈਵਨ 5.5 ਬੈਂਡ ਵਾਲਿਆਂ ਦੇ ਵੀਜ਼ੇ ਆ ਰਹੇ ਪਲੱਸ 2 ਦੇ ਵਿੱਚ ਜਿਹੜਾ ਮਤਲਬ ਜਿੱਦਾਂ ਜੋ ਵੀ ਕਾਲਜੇਜ ਦੇ ਵਿੱਚ ਨ ਸਟੂਡੈਂਟਸ ਨੇ ਉਹਨਾਂ ਦੇ ਵੀਜ਼ਾ ਸਕਸੈਸ ਰੇਟ ਅੱਛਾ ਚੱਲ ਰਿਹਾ ਹੈ ਜੀ ਬਿਲਕੁਲ ਸੋ ਤੁਸੀਂ ਵੀ ਜੋ ਹੈ ਹਲੇ ਇਸ ਮੌਕੇ ਦਾ ਫਾਇਦਾ ਚੱਕ ਸਕਦੇ ਹੋ ਕਿ ਇਸ ਤੋਂ ਪਹਿਲਾਂ ਕਿਉਂਕਿ ਰਸ਼ ਹੋਣਾ ਸਾਰੇ ਜਾਣਦੇ ਕਿ ਇਹੀ ਹੁੰਦਾ ਹਮੇਸ਼ਾ ਕਿ ਜਦੋਂ ਰਸ਼ ਜ਼ਿਆਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਥੋੜੀ ਸਟਿਕਨੈਸ ਵੀ ਜ਼ਰੂਰ ਹੋਣੀ ਸ਼ੁਰੂ ਹੋ ਜਾਂਦੀ ਹੈ ਹੈਲੋ 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 ਮੈਨੂੰ ਲੱਗਦਾ ਸਾਡੀ ਆਵਾਜ਼ ਨਹੀਂ ਪਹੁੰਚ ਪਾ ਰਹੀ ਉਹਨਾਂ ਤੱਕ ਤੇ ਬਾਕੀ ਦਰਸ਼ਕਾਂ ਨੂੰ ਵੀ ਕਹਿਣਾ ਚਾਹੂੰਗੀ ਜੇ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਤਾਂ ਲਗਾਤਾਰ ਜੋ ਸਕਰੀਨ ਦੇ ਉੱਪਰ ਨੰਬਰ ਡਿਸਪਲੇ ਹੋ ਰਿਹਾ ਹੈ ਉਸ ਉੱਪਰ ਕਾਲ ਕਰ ਸਕਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ ਕਿਸੇ ਕੰਟਰੀ ਬਾਰੇ ਕੋਈ ਡਾਊਟ ਹੈ ਕਿਸੇ ਕੋਰਸ ਬਾਰੇ ਕਿਸੇ ਯੂਨੀਵਰਸਿਟੀ ਬਾਰੇ ਉਸ ਦੇ ਬਾਰੇ ਵੀ ਤੁਸੀਂ ਜੋ ਆਪਣਾ ਡਾਊਟ ਕਲੀਅਰ ਕਰ ਸਕਦੇ ਹੋ 쇼 ਦੇ ਜ਼ਰੀਏ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਮੈਂ ਨਾ ਨਾਮ ਜੰਮੂ ਸੇ ਬਾਤ ਕਰ ਰਹੀ ਹਾਂ ਹਾਂ ਜੀ ਆਸਟ੍ਰੇਲੀਆ ਦੇ ਬਾਰੇ ਮੈਂ ਥੋੜੀ ਜਾਣਕਾਰੀ ਲੈਣੀ ਸੀ ਕਿ ਆਸਟ੍ਰੇਲੀਆ ਦਾ ਵੀ ਉਹ ਓਪਨ ਹੋ ਗਿਆ ਹੈ ਜੇ ਮੈਂ ਡਾਕਟਰ ਦੀ ਫਾਰਮੇਸੀ ਕੀਤਾ ਹੈ ਜੀ ਜੀ ਮੈਨੂੰ ਥੋੜਾ ਆਸਟ੍ਰੇਲੀਆ ਦੇ ਬਾਰੇ ਬਤਾਏਗੇ ਜੀ ਬੈਚਲਰ ਫਾਰਮੇਸੀ ਬਿਲਕੁਲ ਜੀ ਬੈਚਲਰ ਆ ਫਾਰਮੇਸੀ ਕੀਤਾ ਇਹਨਾਂ ਨੇ ਇਹਨਾਂ ਦੇ ਆਇਲਸ ਦੇ ਬੈਂਡ ਕਿੰਨੇ ਆ ਉਹਦੇ ਹਿਸਾਬ ਨਾਲ ਕਿਉਂਕਿ ਜਿਹੜੇ ਮੈਡੀਕਲ ਕੋਰਸਸ ਹੈ ਇਹਦੇ ਵਿੱਚ ਬੈਂਡ ਰਿਕੁਆਇਰਮੈਂਟ ਹਮੇਸ਼ਾ ਜ਼ਿਆਦਾ ਹੁੰਦੀ ਆ ਮੈਮ ਮੈਨੇ ਨਾ ਪੀਟੀ ਕੀਤਾ ਹੈ ਮੇਰਾ ਓਵਰਆਲ 58 ਦਾ ਸਕੋਰ ਹੈ ਨਾਟ ਲੈਸ ਦੈਨ 54 ਮੇਰੇ ਕੀ ਚਾਂਸਸ ਹੈ 58 58 54 54 ठीक है, है। इनका हो सकता है लेकिन ज्यादातर मेडिकल कोर्सेज में सेवन बैंड की रिक्वायरमेंट होती है लेकिन कुछ यूनिवर्सिटीज आपको ऑफर कर देंगी अभी जो मैंने जस्ट अगर आप टीवी देख रहे हैं तो मैंने अभी बताया थोड़ी देर पहले कि आपका जो है ये ऑस्ट्रेलिया खोल रहा है और जैन फेब से पूरी उम्मीद है कि हर स्टूडेंट जिनका वीज़ा है वो जा सकता है फ्लाई कर सकता है जी तो इफ यू वॉन्टेक मिलेगा ऑस्ट्रेलिया के लिए अभी फेब इन टेक है तो आप फेब इन टेक के लिए अप्लाई कर सकते हैं ਇਹ ਟਾਰਗੇਟ ਸਨ ਲੱਗ ਗਏ ਜੀ 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 ਤੇ ਬਾਕੀ ਦੋਸਤਾਂ ਨੂੰ ਇਹ ਜਿੱਦਾਂ ਇਹ ਕਹਿ ਰਹੇ ਸੀਗੇ ਕਿ ਆਸਟ੍ਰੇਲੀਆ ਮੈਂ ਅਪਲਾਈ ਕਰਨਾ ਤੇ ਇਹੀ ਡਾਊਟ ਲੈ ਕੇ ਸਟੂਡੈਂਟਸ ਬੈਠੇ ਹੁੰਦੇ ਮੈਂ ਅਪਲਾਈ ਕਰ ਸਕਦੀ ਆ ਨਹੀਂ ਕਰ ਸਕਦਾ ਟਾਈਮ ਕੱਢ ਦਿੰਦੇ ਨੇ ਟਾਈਮ ਕੱਢ ਦਿੰਦੇ ਬਿਲਕੁਲ ਦੇਖੋ ਇਹ ਜਿਹੜਾ ਨੰਬਰ ਸਾਡਾ ਚੱਲ ਰਿਹਾ ਹੈਲਪਲਾਈਨ ਨੰਬਰ ਇਹਦੇ ਉੱਪਰ ਬੱਚੇ ਜਿਹੜੇ ਸਾਡਾ ਵਟਸਐਪ ਤੇ ਡਾਕੂਮੈਂਟਸ ਭੇਜ ਸਕਦੇ ਜਿਹਦੀ ਅਸੈਸਮੈਂਟ ਕਰਕੇ ਅਸੀਂ ਨਾਲ ਦੇ ਨਾਲ ਦੱਸਦੇ ਆ ਕਿ ਇਹ ਯੂਨੀਵਰਸਿਟੀ ਤੁਹਾਨੂੰ ਇਸ ਪੀਟੀ ਸਕੋਰ ਚ ਜਾਂ ਇਸ ਆਈਸਾਈਡ ਸਕੋਰ ਚ ਲੈ ਸਕਦੀ ਆ ਜੀ ਜੀ ਕਿਉਂਕਿ ਹਰ ਯੂਨੀਵਰਸਿਟੀ ਨਹੀਂ ਕਿਉਂਕਿ ਜੇ ਤੁਹਾਡਾ ਬੈਂਡ ਸਕੋਰ ਬਹੁਤ ਅੱਛਾ ਹੈ ਤੇ ਫਿਰ ਤੁਹਾਡੀ ਚੋਇਸ ਹਰ ਯੂਨੀਵਰਸਿਟੀ ਵਸਤੇ ਹੋ ਜਾਂਦੀ ਹੈ ਜੇ ਥੋੜਾ 1-2% ਘੱਟ ਰਹਿ ਗਿਆ ਜਾਂ ਕੁਝ ਹੋ ਗਿਆ ਫਿਰ ਤੁਹਾਨੂੰ ਫਿਊ ਯੂਨੀਵਰਸਿਟੀਆਂ ਮਿਲਦੀਆਂ ਬਟ ਇਹ ਜਿਹੜਾ ਸੋਚ ਕੇ ਟਾਈਮ ਬੱਚੇ ਕੱਢਦੇ ਹਨ ਉਹਦੇ ਵਿੱਚ ਇਹਨਾਂ ਦਾ ਟਾਈਮ ਲਾਸ ਬਹੁਤ ਹੋ ਜਾਂਦਾ ਹੈ ਆਸਟ੍ਰੇਲੀਆ ਜੈਸੀ ਕੰਟਰੀ ਉਹ ਟਾਈਮ ਦੀ ਬਹੁਤ ਵੈਲਿਊ ਸਮਝਦੇ ਆ ਉਹ ਗੈਪ ਜਸਟੀਫਿਕੇਸ਼ਨ ਜੇ ਵਰਕਿੰਗ ਹੈ ਐਕਸਪੀਰੀਅੰਸ ਹੈ ਸੈਲਰੀ ਅਕਾਊਂਟ ਚ ਆ ਰਹੀ ਹੈ ਤੇ ایکسپੀਰੀਅੰਸ ਪ੍ਰੋਪਰ ਹੈ ਇਹਨਾਂ ਦਾ ਫਿਰ ਸਾਨੂੰ ਇੰਨੀ ਪ੍ਰੋਬਲਮ ਨਹੀਂ ਹੁੰਦੀ ਐ ਗੈਪ ਜਸਟੀਫਿਕੇਸ਼ਨ ਪ੍ਰੋਪਰ ਹੋਏ ਫਿਰ ਵੀਜ਼ਾ 'ਚ ਕੋਈ ਪ੍ਰੋਬਲਮ ਗੈਪ ਜਸਟੀਫਿਕੇਸ਼ਨ ਦੀ ਜਾਂ ਪ੍ਰੋਬਲਮ ਆ ਜਾਂਦੀ ਐ ਫਿਰ ਕਈ ਵਾਰੀ ਵੀਜ਼ਾ ਕਿਉਂਕਿ ਆਸਟ੍ਰੇਲੀਆ ਕਿਦਾਂ ਦਾ ਕੰਟਰੀ ਐ ਜਿਹੜਾ ਜੈਨੂਨ ਬੱਚੇ ਨੂੰ ਵੀਜ਼ਾ ਦਿੰਦਾ ਐ ਬਟ ਇਸ ਟਾਈਮ ਥੋੜਾ ਲੀਨਿਅਨ ਚੱਲ ਰਿਹਾ ਜਿਹੜਾ ਮੈਂ ਪਿੱਛੇ ਗਿਆ ਸੀਗਾ ਕਿ 5.5 ਬੈਂਡ ਜਿਹੜੇ +2 ਵਾਲੇ ਸਟੂਡੈਂਟਸ ਐ ਉਹਨਾਂ ਦਾ ਵੀ ਵੀਜ਼ਾ ਆ ਰਿਹਾ ਔਰ ਕਾਫੀ ਸਾਰੀ ਯੂਨੀਵਰਸਿਟੀਆਂ ਆਸਟ੍ਰੇਲੀਆ ਦੇ ਵਿੱਚ ਇਦਾਂ ਐ ਜਿਹੜੀ ਐਮਓਆਈ ਤੇ ਦੇ ਰਹੀਆਂ ਜਾਂ ਬੱਚ ਜਿੱਦਾਂ ਜੀਐਨਡੀਓ ਹੈ ਗੁਰੂ ਨਾਨਕ ਦੇਵ ਜਿ ਯੂਨੀਵਰਸਿਟੀ ਹੈ ਪੰਜਾਬੀ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਹੈ ਇਹ ਸਾਰੇ ਸੈਕਸ਼ਨ 1 ਯੂਨੀਵਰਸਿਟੀ ਆ ਜਿਹੜਾ ਸਟੂਡੈਂਟ ਇੱਥੋਂ ਪੜਿਆ ਹੋਇਆ ਹੈ ਫਰਸਟ ਡਿਵੀਜ਼ਨ ਹੈ ਉਹਨਾਂ ਦੀ ਔਰ ਐਮਓਆਈ ਤਾਂ ਮਤਲਬ ਮੀਡੀਅਮ ਆਫ ਇਨਸਟ੍ਰਕਸ਼ਨ ਇੰਗਲਿਸ਼ ਹੈ ਉਹਦੇ ਉੱਪਰ ਉਹ ਵਿਦਾਊਟ ਆਇਲਟਸ ਵੀ ਤੁਹਾਨੂੰ ਮਤਲਬ ਲੈ ਸਕਦੀਆਂ ਔਰ ਆਸਟ੍ਰੇਲੀਆ ਦੇ ਵਿੱਚ ਤੁਸੀਂ ਜਿਹੜਾ ਮਤਲਬ 파ਟਨਰ ਦੇ ਨਾਲ ਵੀ ਜਾ ਸਕਦੇ ਹੋ ਇਵਨ ਯੂਕੇ ਦੇ ਵਿੱਚ ਜੀ 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 ਬਿਲਕੁਲ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਮੈਮ ਮੈਂ ਅੰਮ੍ਰਿਤਸਰ ਤੋਂ ਤਮੰਨਾ ਗੱਲ ਕਰ ਰਹੀ ਹਾਂ ਕੀ ਸਵਾਲ ਹੈ ਜੀ ਮੈਂ ਮੈਂ ਪਲੱਸ 2 ਕੀਤੀ ਸੀ 2019 ਦੇ ਵਿੱਚ 55% ਮਾਰਕਸ ਨੇ ਮੇਰੇ ਓਕੇ ਤੇ ਮੈਂ ਮੈਂ ਆਸਟ੍ਰੇਲੀਆ ਦੀ ਫਾਈਲ ਬਾਰੇ ਪੁੱਛਣਾ ਹੈ ਕਿ ਕਦੋਂ ਤੱਕ ਓਪਨ ਹੋਣਾ ਮੈਂ ਫਾਈਲ ਲਗਾਣੀ ਸੀ ਆਸਟ੍ਰੇਲੀਆ ਦੀ ਨਾ ਤੇ ਮੈਂ ਪੀਟੀ ਵੀ ਕਰਨੀ ਸੀ ਫਲੇ ਕਰਨੀ ਹੈ ਤੁਸੇ ਪੀਟੀ ਅੱਛਾ ਜੀ ਹਾਂ ਜੀ ਅੱਲੇ ਕਰਨੀ ਹੈ ਕਿਉਂਕਿ ਪਤਾ ਨਹੀਂ ਨਾ ਸ੍ਰੀਲੰਕਾ ਦਾ ਓਪਨ ਹੋਏਗਾ ਜੀ ਜੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਜੀ ਸਟੂਡੈਂਟਸ ਜਿਹੜੇ ਆ ਉਹ ਸੋਚ ਕੇ ਬੈਠਦੇ ਆ ਕਿ ਕਾਹਨਾ ਕਦ ਓਪਨ ਹੋਏਗਾ ਉਹਦੇ ਵਿੱਚ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਹਜੇ ਇਹਨਾਂ ਨੇ ਪੀਟੀ ਵੀ ਨਹੀਂ ਕੀਤੀ ਜੀ ਤਾਂ ਪੀਟੀ ਜਿਹੜੀ ਆ ਤੁਹਾਡੇ 2 ਸਾਲ ਵਾਸਤੇ ਵੈਲਿਡ ਹੁੰਦੀ ਹੈ ਐਟ ਲੀਸਟ ਪੀਟੀ ਤੇ ਕਰ ਲਓ ਹਮਮ ਜਦ ਤੱਕ ਤੁਹਾਡਾ ਤੁਸੀਂ ਇਮੀਡੀਏਟ ਅਪਲਾਈ ਕਰੋ ਤੁਹਾਡਾ ਆਫਰ ਲੈਟਰ ਆਏਗਾ ਆਫਰ ਲੈਟਰ ਆਨ ਤੱਕ ਤੁਸੀਂ ਕਿਉਂਕਿ ਆਸਟ੍ਰੇਲੀਆ ਜਿਹੜਾ ਹੈ ਉਹ ਤੁਹਾਨੂੰ ਕੰਡੀਸ਼ਨਲ ਆਫਰ ਲੈਟਰ ਦੇ ਦਿੰਦਾ ਹੈ ਕਿ ਅਸੀਂ ਤੁਹਾਨੂੰ ਐਕਸੈਪਟ ਕੀਤਾ ਹੈ ਕੰਡੀਸ਼ਨ ਟੂ दैट ਕਿੰਨਾ ਸਕੋਰ ਚਾਹੀਦਾ ਹੈ ਜੀ 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 ਜ਼ਿਆਦਾਤਰ ਯੂਨੀਵਰਸਿਟੀਆਂ ਨੂੰ ਪਲੱਸ 2 ਦੇ ਬਾਅਦ 6 ਬੈਂਡ ਨਾਟ ਲੈਸ ਦਨ 5.5 ਬੈਂਡ ਜਾਂ ਕੁਝ ਪ੍ਰੋਗਰਾਮਸ ਦੇ ਵਿੱਚ 6.5 ਬੈਂਡ ਨਾਟ ਲੈਸ ਦਨ 6 ਬੈਂਡ ਜਿਹੜੇ ਨਰਸਿੰਗ ਦੇ ਪ੍ਰੋਗਰਾਮ ਹਨ ਉਹਦੇ ਵਿੱਚ ਮੈਕਸਿਮਮ ਯੂਨੀਵਰਸਿਟੀਆਂ 7 ਬੈਂਡ ਈਚ ਵੀ ਮੰਗਦੀ ਹੈ ਕਿ ਆ 7 ਬੈਂਡ not less than 6.5 डिपेंड ਕਰਦਾ ਯੂਨੀਵਰਸਿਟੀ ਇਸ ਦਾ ਮੈਡੀਕਲ ਪ੍ਰੋਗਰਾਮ ਵਾਸਤੇ ਬਾਕੀ ਪ੍ਰੋਗਰਾਮਸ ਵਾਸਤੇ ਬਹੁਤ ਲੈਣੀ ਅੰਡਾ ਤੇ ਜੇ ਪ੍ਰੋਗਰਾਮਸ ਦੀ ਗੱਲ ਕਰੀਏ ਉੱਥੇ ਡਾਟਾ ਅਨਲਿਸਿਸ ਇਸ ਟਾਈਮ ਬਹੁਤ ਚੱਲ ਰਿਹਾ ਸਾਈਬਰ ਸਿਕਿਉਰਿਟੀ ਬਹੁਤ ਚੱਲ ਰਿਹਾ ਐਂਡ ਤੁਹਾਡੇ 빅 ਡਾਟਾ ਅਨਲਿਸਿਸ ਐਦਾਂ ਦੇ ਪ੍ਰੋਗਰਾਮ ਹੈ ਜਿਹੜੇ ਉਹ ਬਹੁਤ ਜ਼ਿਆਦਾ ਚੱਲ ਰਿਹਾ ਜੀ 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 ਜਿਹਦੇ ਵਿੱਚ ਸਟੂਡੈਂਟ ਦਾ ਕੈਰੀਅਰ ਹੈ ਜਿਹੜਾ ਸਟੂਡੈਂਟ ਪੜਨ ਵਾਸਤੇ ਜਾ ਰਿਹਾ ਆਪਣੇ ਕੈਰੀਅਰ ਵਾਸਤੇ ਜਾ ਰਿਹਾ ਉਹਨਾਂ ਦੇ ਵਾਸਤੇ ਪ੍ਰੋਗਰਾਮ ਬਹੁਤ ਮੈਟਰ ਕਰਦਾ ਹੈ ਜੀ 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 ਬਿਲਕੁਲ ਸੋ ਇਸੇ ਤਰੀਕੇ ਨਾਲ ਹੋਰ ਜਾਣਕਾਰੀ ਵੀ ਅਕਸਰ ਅਸੀਂ ਇਸੇ ਲਈ ਇਸ ਸ਼ੋਅ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਂਦੇ ਆ ਤੇ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਕੋਈ ਸਵਾਲ ਹੈ ਜ਼ਰੂਰ ਪੁੱਛ ਲਓ ਜਿਵੇਂ ਮੈਮ ਨੇ ਪਹਿਲਾਂ ਗੱਲ ਕੀਤੀ ਕਿ ਸਟੂਡੈਂਟ ਜੋ ਹੈ ਜ਼ਿਆਦਾਤਰ ਟਾਈਮ ਆਪਣਾ ਸੋਚਦੇ ਸੋਚਦੇ ਹੀ ਵੇਸਟ ਕਰ ਦਿੰਦੇ ਆ ਸੋ ਤੁਸੀਂ ਘਟੋ ਘਾਟੇ ਇਹ ਚੀਜ਼ਾਂ ਆਪਣਾ ਟਾਈਮ ਨੂੰ ਵੇਸਟ ਨਾ ਕਰੋ ਤੁਸੀਂ ਨਾਲ ਜ਼ਰੂਰ ਲੈ ਲਓ ਤੇ ਜੇ ਵਿਜ਼ਿਟ ਕਰਨਾ ਚਾਹੁੰਦੇ ਹੋ ਨੈਵੀਗੇਟਰ ওভারਸੀਜ਼ ਆਫਿਸ ਵਿੱਚ ਦਾ ਚੰਡੀਗੜ੍ਹ ਸੈਕਟਰ 35C ਵਿੱਚ ਇਹਨਾਂ ਦਾ ਆਫਿਸ ਹੈ ਬਟਾਲਾ ਅਤੇ ਪਠਾਨਕੋਟ ਵਿੱਚ ਵੀ ਇਹਨਾਂ ਦਾ ਆਫਿਸ ਹੈ ਤੁਹਾਨੂੰ ਜਿੱਥੇ ਨੇੜੇ ਲੱਗਦਾ ਹੈ ਜਲਦੀ ਤੋਂ ਜਲਦੀ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ ਤਾਂ ਕਿ ਤੁਹਾਡੇ ਕੋਲ ਜਿਹੜੀ ਹਲੇ ਵੀ ਆਪਸ਼ਨ ਅਵੇਲੇਬਲ ਹੈ ਤੁਸੀਂ ਉਸ ਆਪਸ਼ਨ ਦਾ ਫਾਇਦਾ ਲੈ ਸਕੋ ਕਿਤੇ ਦੇਰ ਨਾ ਹੋ ਜਾਏ ਤੇ ਇੱਕ ਜਿਹੜਾ ਇੱਕ ਵਧੀਆ ਕੋਰਸ ਹੈ ਵਧੀਆ ਯੂਨੀਵਰਸਿਟੀ ਵਧੀਆ ਕਾਲਜ ਦੇ ਵਿੱਚ ਤੁਹਾਡੀ ਸੀਟ ਨਾ ਖੁੰਝ ਜਾਏ ਮੈਂ ਇੱਕ ਗੱਲ ਹਰਜੋਤ ਦੱਸਣਾ ਚਾਹੂੰਗੀ ਤੁਹਾਨੂੰ ਜੀ ਜੀ ਕਾਫੀ ਸਾਰੇ ਸਟੂਡੈਂਟਸ ਪਿਛਲੇ 1 ਵੀਕ ਚ ਮੇਰੇ ਕੋਲ ਆਏ ਰਿਜੈਕਸ਼ਨਾਂ ਲੈ ਕੇ ਓਕੇ ਔਰ ਉਹਨਾਂ ਦਾ ਜਿਹੜੇ ਕੰਪਨੀਆਂ ਦੇ ਐਡ ਬੜੀ ਦੇਖਦੇ ਆ ਬੜਾ ਨਾਮ ਹੁੰਦਾ ਹੂੰ ਕਿਉਂਕਿ ਐਡ ਕੌਣ ਦੇਗਾ ਬਿਲਕੁਲ ਪੈਸਾ ਕੌਣ ਖਰਚ ਕਰੇਗਾ ਕਿਧਰੇ ਨਾ ਕਿਧਰੇ ਸਟੂਡੈਂਟ ਦਾ ਉਹਦੇ ਵਿੱਚ ਆਪਦੀ ਹੀ ਪ੍ਰੋਬਲਮ ਹੈ ਜੀ 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 ਹੈਨਾ ਉਹ ਦੋ ਦੋ ਤਿੰਨ ਦਿਨ ਰਿਜੈਕਸ਼ਨਾਂ ਲੈ ਕੇ ਆ ਰਹੇ ਆ ਹੂੰ 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 ਹੁਣ ਉਹ ਕਹਿੰਦੇ ਕਿ ਮੈਡਮ ਸਾਡੇ ਨਾਲ ਉਥੇ ਤਰਨ ਤਰਨ ਦਾ ਬੱਚਾ ਆਇਆ ਪਰਸੋਂ ਮੈਂ ਨਾਮ ਦੱਸਦੀ ਆ ਸ਼ਹਿਰ ਦਾ ਵੀ ਤੁਹਾਨੂੰ ਜੀ ਕੈਨੇਡਾ ਮੇਰੇ ਫਰੈਂਡ ਉਥੇ ਜਿਹੜੇ ਗਏ ਆ ਕੈਨੇਡਾ ਉਹਨਾਂ ਨੇ ਕਿਹਾ ਕਿ ਮੈਡਮ ਮੇਰੇ ਔਰ ਉਸ ਫਰੈਂਡ ਦੀ ਦੋ ਰਿਜੈਕਸ਼ਨ ਸੀ ਉਹਨਾਂ ਦੇ ਪੇਰੈਂਟਸ ਦੀ ਰਿਜੈਕਸ਼ਨ ਸੀਗੀਆਂ ਤੁਸੀਂ ਉਹਨਾਂ ਦੇ ਪੇਰੈਂਟਸ ਦੇ ਵੀਜ਼ੇ ਲਗਵਾਏ ਮੇਰੇ ਫਰੈਂਡ ਦਾ ਵੀਜ਼ਾ ਲਗਵਾਇਆ ਉਹਦੇ ਅੱਗੇ ਫਰੈਂਡ ਦਾ ਵੀਜ਼ਾ ਲਗਵਾਇਆ ਹੁਣ ਉਹਨਾਂ ਨੇ ਕਿਹਾ ਤੂੰ ਸਾਰੇ ਸ਼ਹਿਰ ਚ ਘੁੰਮ ਲਿਆ ਖਾਲੀ ਵੀਨਾ ਮੈਡਮ ਨਾਲ ਜਾ ਕੇ ਮਿਲ ਉਹਨੂੰ ਜੀ 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 ਇਦਾਂ ਹੀ ਇੱਕ ਹੋਰ ਕੇਸ ਆਇਆ ਜਿਹੜਾ ਰਿਜੈਕਸ਼ਨ ਵਾਲਾ ਉਹਦੇ ਵੀ ਦੋ ਰਿਜੈਕਸ਼ਨ ਹੈ ਇਹ ਜਿਹੜਾ ਮੈਡਮ ਅਸੀਂ ਐਡ ਦੇਖ ਕੇ ਉਸ ਕੰਪਨੀ ਦੀ ਐਡ ਹੀ ਬੜੀ ਹੈ ਤੇ ਮੇਰੇ ਫਰੈਂਡ ਜਾ ਰਹੇ ਸੀ ਮੈਂ ਵੀ ਚੱਲਿਆ ਗਿਆ ਕਹਿੰਦੇ ਆ ਨਾ ਕਾਉਂਸਲਰ ਬੈਠੀ ਹੁੰਦੀਆਂ ਕੋਈ ਉਹਨਾਂ ਦੀ ਅਕਾਉਂਟੇਬਿਲਟੀ ਨਹੀਂ ਹੈ ਤੁਸੀਂ ਚਲੇ ਗਏ ਪੇਪਰ ਦੇ ਤੇ ਕਮ ਸਾਨੂੰ ਕਰਨਾ ਪੈਂਦਾ ਹੈ ਇੱਥੇ ਅਸੀਂ ਪੂਰਾ ਤੁਹਾਨੂੰ ਗਾਈਡ ਕਰਦੇ ਹਾਂ ਓਨਰ ਤੁਹਾਨੂੰ ਕਦੇ ਬਹੁਤ ਘੱਟ ਕੰਪਨੀਆਂ 'ਚ ਮਿਲਦੇ ਮੈਂ ਆਪ ਮਿਲਦੀ ਹਾਂ ਹਰ ਸਟੂਡੈਂਟ ਨੂੰ ਤੁਸੀਂ ਜੇ ਕੇਸ ਖਰਾਬ ਕਰਾਉਣਾ ਹੈ ਤੇ ਨਾਮ ਸੁਣ ਕੇ ਐਡ ਦੇਖ ਕੇ ਤੁਸੀਂ ਜਿੱਥੇ ਮਰਜ਼ੀ ਜਾਓ ਕਹਿ ਦਿੰਦੇ ਹੋ ਕਿ ਅਸੀਂ ਬਟਿੰਡੇ ਰਹਿਣੇ ਆ ਦੂਰ ਆਣਾ ਮੁਸ਼ਕਲ ਹੈ ਤੁਸੀਂ ਜਿਹੜੀ 14 ਘੰਟੇ ਦੀ 16 ਘੰਟੇ ਦੀ ਫਲਾਈਟ ਲੈ ਕੇ ਜਾਣਾ ਤੇ ਤੁਹਾਨੂੰ 5 ਘੰਟੇ ਜਿਹੜਾ ਚੰਡੀਗੜ੍ਹ ਬਿਲਕੁਲ ਜਿਹੜਾ ਕੈਪੀਟਲ ਉੱਥੇ ਆਂਚ ਤੁਹਾਨੂੰ ਪ੍ਰੋਬਲਮ ਹੈ ਜੀ 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 ਜਦ ਤੁਸੀਂ ਆਪਣਾ ਕੇਸ ਗਲਤ ਅਸੈਸ ਕਰਾਓਗੇ ਕਿਉਂਕਿ ਰਿਜੈਕਸ਼ਨ ਹੋਣ ਦੇ ਬਾਅਦ ਜਦਕਿ ਮੈਂ ਮੇਰੇ ਕੋਲ ਕੋਈ ਮਰਜ਼ੀ ਰਿਜ਼ੈਕਸ਼ਨ ਵਾਲਾ ਆ ਜਾਏ ਜੀ 99% ਮੈਂ ਕੰਮ ਕਰਾ ਕੇ ਦੇ ਰਹੀ ਆ ਜ ਜ ਉਹਦੇ ਡਾਕੂਮੈਂਟਸ ਦੇ ਨਾਲ ਕੋਈ ਛੇੜਛਾੜ ਨਹੀਂ ਹੋਈ ਹੋਈ ਹੈ ਜ ਜ ਸਹੀ ਕੰਪਨੀ ਚ ਗਿਆ ਮਤਲਬ ਕੋਈ ਛੇੜਛਾੜ ਨਹੀਂ ਹੋਈਗਾ ਜੀ 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 ਲੇਕਿਨ ਇਹ ਆ ਕਿ ਤੁਸੀਂ ਕੋਸ਼ਿਸ਼ ਕਰੋ 4-5 ਘੰਟੇ ਦੀ ਕੋਈ ਗੱਲ ਨਹੀਂ ਆ ਤੁਸੀਂ ਮੇਰੇ ਤੋਂ ਕਰਾਇਆ ਲਾ ਲੈਣਾ ਇਸ ਕੋਈ ਸਾਦਾ ਕੁਝ ਨਹੀਂ ਕਰ ਸਕਦੇ ਲੇਕਿਨ ਤੁਸੀਂ ਆ ਕੇ ਜਿਹੜਾ ਕੇਸ ਸਹੀ ਆਪਣਾ ਲਗਾਓ ਅਸੀਂ ਜਿਹੜਾ ਤੁਹਾਨੂੰ ਈਵਨ ਆਇਲਸ ਵੀ ਟੋਟਲ ਫ੍ਰੀ ਆਫ ਕਾਸਟ ਕਰਾ ਰਹੇ ਆ ਪੀਟੀ ਈ ਆਇਲਸ ਵੀ ਡੋਨਟ ਚਾਰਜ ਐਨੀਥਿੰਗ ਕਿ ਤੁਹਾਡੀ ਫਾਈਲ ਠੀਕ ਬਣੇ ਇਹ ਨਾ ਹੋਏ ਕਿ ਤੁਸੀਂ 4-4 5-5 ਮਹੀਨੇ ਗਲਤ ਕੰਪਨੀਆਂ ਕੋਲ ਫਸ ਜਾਓ ਜਿੱਥੇ ਤੁਹਾਡੇ ਦੇ ਆਇਲਸ ਦੇ ਫੀਸ ਹੀ ਬਣਾਉਂਦੇ ਰਹਿ ਜਾਂ। ਸਾਡਾ ਇਹ ਮਕਸਦ ਹੈ ਕਿ ਜੇ ਤੁਸੀਂ 2 ਮਹੀਨੇ ਚ ਇੱਕ ਮਹੀਨੇ ਚ ਕਰ ਸਕਦੇ ਹੋ ਤਾਂ ਤੁਹਾਡੀ ਫਾਈਲ ਲੱਗ ਜਾਏ ਇਮੀਡੀਏਟ। ਮੈਂ ਇਹਦਾ ਐਗਜ਼ਾਮਪਲ ਦਿੰਨੀ ਆ ਇੱਕ ਲੜਕੀ ਆ ਸਾਡੀ ਅੰਮ੍ਰਿਤਸਰ ਤੋਂ। ਹੂੰ। ਉਹਦੇ ਆਇਲਸ 2-3 ਵਾਰੀ ਉਹਨੇ ਕਰ ਲਿਆ। ਕਦੀ 5.5 ਬੈਂਡ, ਕਦੀ 5 ਬੈਂਡ। ਹੁਣ ਜਾ ਕੇ ਉਹਦੇ 6 ਬੈਂਡ ਇੱਕ ਚ 5.5 ਬੈਂਡ। ਹੂੰ ਹੂੰ। ਉਹਨਾਂ ਉਹਦੇ ਜਿਹੜੀ ਮਾਸੀ ਆ ਉਹਨੇ ਕੇਸ ਲਗਵਾਇਆ। ਉਹਨਾਂ ਦੇ ਘਰ ਦੇ ਬਹੁਤ ਬੱਚੇ ਸਾਡੇ ਥਰੂ ਗਏ ਆ। ਓਕੇ। ਠੀਕ ਹੈ ਉਹਨ ਮੈਂ ਜਦ ਤੱਕ ਉਹਦਾ ਕੇਸ ਪ੍ਰੋਸੈਸ ਕਰ ਰਹੀ ਆ ਸੀ ਉਸ ਬੱਚੇ ਨੇ ਐਡਵਾਈਸ ਕੀਤਾ ਹੈ ਕਿ ਵੀ ਆਰ ਨਾ ਚਾਰਜਿੰਗ ਐਨੀਥਿੰਗ ਤੇਰੀ ਫਾਈਲ ਬਣ ਰਹੀ ਆ ਅਫਰ ਲੈਟਰ ਜਦ ਤੱਕ ਆ ਰਹੀ ਆ ਜੀਆਈਸੀ ਵਗੈਰਾ ਹੋਏਗਾ ਤੋਂ ਆਇਲਸ ਫ੍ਰੀ ਆਫ ਕਾਸਟ ਕਰ ਲੈ ਇੱਕ ਵਾਰੀ ਐਗਜ਼ਾਮ ਦੇ ਲੈ ਕਿਉਂਕਿ ਇੰਨਾ ਲੱਖਾਂ ਰੁਪਏ ਲਗਾ ਰਹੇ ਆ ਜੀ 15 16 ਲੱਖ ਰੁਪਏ ਕੈਨੇਡਾ ਤੇ ਬੱਚੇ ਦਾ ਖਰਚ ਹੋ ਜਾਂਦਾ ਹੈ ਤਾਂ ਵਾਈ ਨਾ ਤੋਂ ਆਇਲਸ ਦੇ ਆਪਣੇ ਫੀਸ ਭਰ ਕੇ ਬਿਕੋਜ਼ ਵੀ ਆਰ ਨਾ ਚਾਰਜਿੰਗ ਐਨੀਥਿੰਗ ਅਸੀਂ ਕੋਈ ਚਾਰਜ ਨਹੀਂ ਕਰ ਰਹੇ ਤੁਸੀਂ ਆਇਲਸ ਦੇ ਖਾਲੀ ਫੀਸ ਭਰ ਕੇ ਜਿਹੜਾ ਐਗਜ਼ਾਮ ਦੇ ਲੋ ਉਹ ਉਮੀਦ ਆ ਉਹਦੇ 6 ਈਚ ਆ ਜਾਣਗੇ ਸਾਡੇ ਵਾਸਤੇ ਕੇਸ ਬਹੁਤ ਸਟਰੋਂਗ ਬਣ ਗਿਆ ਜੀ 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 ਬਿਲਕੁਲ ਤੁਹਾਨੂੰ ਅੰਦਾਜ਼ਾ ਹੈ ਕਿ ਨੈਵੀ ਨੈਵੀਗੇਟਰਸ ਓਵਰ ਸੀਜ਼ ਜੋ ਕਿ 25 ਸਾਲ ਪੁਰਾਣੀ ਕੰਪਨੀ ਹੈ ਔਰ ਇਹ ਇੰਨਾ ਸਫਰ ਐਵੇਂ ਹੀ ਤੈਅ ਨਹੀਂ ਹੁੰਦਾ ਜਦੋਂ ਕੋਈ ਚੰਗੀ ਸਲਾਹ ਦੇ ਕੇ ਸਟੂਡੈਂਟਸ ਨੂੰ ਬਾਹਰ ਭੇਜਿਆ ਜਾਂਦਾ ਤਾਂ ਹੀ ਡੇ ਬਾਈ ਡੇ ਡੇ ਬਾਈ ਡੇ ਗਰੋਥ ਹੁੰਦੀ ਜਾਂਦੀ ਹੈ ਲੋਕ ਜੁੜਦੇ ਜਾਂਦੇ ਨੇ ਸਟੂਡੈਂਟਸ ਦਾ ਭਰੋਸਾ ਵੀ ਇਹ करके आज तक किन्ने ढेरों स्टूडेंट्स जिन्होंने पहला भीजे लगवाए उन्होंने रेफरेंस न कि स्टूडेंट्स इन्हों को आँदे ने कि फला ने, ने तो तो लगाया इन्ने साल हो गए अपनी फला कंट्री विच जो है बहुत वजिए सैटल है इस कार के तो इस करके असं कोए सो यह चीजा किसी भी कंपनी कोल किसी भी कंसलटेंट को तो जाने जरूर देखिया करो पहला कि किन्ने चिर तो किंपनी किम कर का रही है किन्ने स्टूडेंट्स का भीज़ा सक्सैसफुल लग चुके हैं की प्रोसैसिंग इन्हों का किमें का है सो चीजा देखने तो बाद ही किसी कंसल्टेंट तो अपनी जो है फाइल प्रोसैस करवाया करो तो मैं पूरी उम्मीद ਕਰਦੀ ਆ ਤੁਸੀਂ ਇਸ ਸ਼ੋਅ ਵਿੱਚੋਂ ਵੀ ਜਾਣਕਾਰੀ ਦਾ ਫਾਇਦਾ ਜ਼ਰੂਰ ਲਿਆ ਕਰੋ ਤੇ ਮੈਮ ਸਾਡੇ ਕੋਲ ਸਮਾਂ ਹੋਰ ਜ਼ਿਆਦਾ ਨਹੀਂ ਆਪਾਂ ਸਾਰੀ ਕੰਟਰੀਜ਼ ਬਾਰੇ ਵੀ ਗੱਲ ਕੀਤੀ ਕਈ ਪ੍ਰੋਫਾਈਲਜ਼ ਵੀ ਡਿਸਕਸ ਕੀਤੀਆਂ ਫੋਨ ਕਾਲਸ ਵੀ ਲਈਆਂ ਪਰ ਜਾਂਦੇ ਜਾਂਦੇ ਵੈਸੇ ਤੁਸੀਂ ਇੱਕ ਬਹੁਤ ਚੰਗੀ ਗੱਲ ਪਹਿਲਾਂ ਵੀ ਕਿਹਾ ਹਟਿਓ ਕਿ ਸਟੂਡੈਂਟਸ ਜੋ ਹੈ ਸੋਚਦੇ ਸੋਚਦੇ ਹੀ ਬਹੁਤ ਟਾਈਮ ਆਪਣਾ ਵੇਸਟ ਕਰ ਦਿੰਦੇ ਨੇ ਤੇ ਮੈਂ ਚਾਹਾਂਗੀ ਕਿ ਕੁਝ ਹੋਰ ਇਸ ਤਰ੍ਹਾਂ ਦੀ ਦੋ ਤਿੰਨ ਗੱਲਾਂ ਇੱਕ ਅੱਛਾ ਮੈਸੇਜ ਜ਼ਰੂਰ ਕਿਉਂਕਿ ਦਰਸ਼ਕ ਜੁੜਦੇ ਨੇ ਸਟੂਡੈਂਟ ਜੁੜਦੇ ਨੇ ਉਹ ਸਮਝ ਸਕਣ ਦੇਖੋ ਹਰਜੋਤ ਮੈਂ ਇਸੇ ਕਰਕੇ ਟੋਟਲ ਫਰੀ ਆਫ ਕਾਸਟ ਹਾਇਰ ਸ਼ੁਰੂ ਕੀਤੀ ਹੈ ਕਿ ਜਿਹੜਾ ਸਟੂਡੈਂਟਸ ਦਾ ਸਮਾਂ ਨਾ ਵੇਸਟ ਹੋਏ ਟਾਈਮ ਨਾ ਵੇਸਟ ਹੋਏ ਪੈਸਾ ਨਾ ਵੇਸਟ ਹੋਏ ਕਿਉਂਕਿ 25 ਸਾਲ ਪੁਰਾਣੀ ਕੰਪਨੀ ਹੈ ਅਸੀਂ ਜਿਹੜਾ ਵੀ ਸਟਾਫ ਰੱਖਾਂਗੇ ਹਾਇਰਸ ਦੀ ਟ੍ਰੇਨਿੰਗ ਵਾਸਤੇ ਪੀਟੀ ਦੀ ਟ੍ਰੇਨਿੰਗ ਵਾਸਤੇ ਬੈਸਟ ਸਟਾਫ ਹੋਏਗਾ ਬੈਸਟ ਇਨਫਰਾਸਟ੍ਰਕਚਰ ਅਸੀਂ ਦਵਾਂਗੇ ਉਹਨਾਂ ਦਾ ਟਾਈਮ ਔਰ ਪੈਸਾ ਬਚ ਰਿਹਾ ਜਿਸ ਤੋਂ ਉਹਨਾਂ ਦਾ ਇੱਕ ਇੰਟੈਗ ਬਚ ਜਾਂਦਾ ਸਮਝੋ ਕਿਦਰੇ 6 ਮਹੀਨੇ ਲਗਾ ਰਿਹਾ ਉਹਨਾਂ ਦਾ ਇੱਕ ਇੰਟੈਗ ਖਰਾਬ ਹੋ ਗਿਆ ਔਰ ਜੇ ਟਾਈਮਲੀ ਉਹਨਾਂ ਦੀ ਹਾਇਰਸ ਤੇ ਉਹਨਾਂ ਦਾ ਇਨਟੇਕ ਜਿਹੜਾ ਇੱਕ ਬਚ ਗਿਆ ਉਹ ਇਨਟੇਕ ਬਚ ਗਿਆ ਤੇ ਟਾਈਮ ਬਚ ਗਿਆ ਉਹ ਟਾਈਮ ਦੀ ਵੈਲਿਊ ਤੁਹਾਨੂੰ ਪਤਾ ਕਿ ਉੱਥੇ ਜਾ ਕੇ ਜੇ 6 ਮਹੀਨੇ ਪਹਿਲੇ ਬੱਚਾ ਪਹੁੰਚਦਾ ਹੈ 6 ਮਹੀਨੇ ਪਹਿਲੇ ਸੈਟਲਮੈਂਟ ਹੈ 6 ਮਹੀਨੇ ਪਹਿਲੇ ਉਹ ਕਮਾ ਵੀ ਰਿਹਾ ਹੈ एवरीथिंग ਦੇ ਆਰ ਡੂਇੰਗ ਔਰ ਹੁਣ ਸਭ ਤੋਂ ਵੱਡਾ ਜਿਹੜਾ ਆਸਟ੍ਰੇਲੀਆ ਖੁੱਲਣ ਜਾ ਰਿਹਾ ਹੈ ਆਸਟ੍ਰੇਲੀਆ ਦੇ ਜਿਹੜੇ ਚਾਹਵਾਨ ਬੱਚੇ ਆ ਉਹਨਾਂ ਦੇ ਵਾਸਤੇ ਇੱਕ ਈਜ਼ੀ ਹੈ ਕਿਉਂਕਿ ਇੰਟਰਵਿਊ ਬਹੁਤ ਘਟ ਜਾਂਦਾ ਆਸਟ੍ਰੇਲੀਆ ਦਾ ਜਿਹੜੇ ਡਰਦੇ ਆ ਇੰਟਰਵਿਊ ਤੋਂ ਜਾਂ ਕੁਝ ਹੈ ਉੱਥੇ 6 ਬੈਂਡ ਈਚ ਜਿਹੜੀ ਕੈਨੇਡਾ ਦੀ ਰਿਕੁਆਇ ਉਹ ਵੀ ਨਹੀਂ ਹੈ ਕਿਉਂਕਿ ਇਕਿਆ 2 ਚ ਤੁਹਾਡੇ 5.5 ਬੈਂਡ ਹੋਣ ਤਾਂ ਵੀ ਯੂਨੀਵਰਸਟੀਆਂ ਲੈ ਲੈਂਦੀਆਂ ਜੀ 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 ਬਿਲਕੁਲ ਸਹੀ ਕਿਹਾ ਤੁਸੀਂ ਮੈਮ ਤੇ ਤੁਹਾਡੀ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸ਼੍ਰੀ ਜੀ ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕਰਨ ਨੂੰ ਵੀ ਦਈ ਇਜਾਜ਼ਤ ਧੰਨਵਾਦ